ਆਪਾਂ ਭਜਨ ਬੰਦਗੀ ਕਰ ਸਕੀਏ। ਚਲੋ ਭਾਵੇਂ ਤੁਸੀਂ ਰਿਕਾਰਡ ਕਰਦੇ ਹੋ, ਮੈਂ ਇਹ ਘਟਨਾ ਸਿਰਫ ਆਪਣੀ ਜ਼ਿੰਦਗੀ ਦੀ ਕੋਈ ਗੱਪ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠਾ ਅਤੇ ਮੈਂ ਗੁਰੂ ਦੀ ਸੰਗਤ ਦਾ ਅਤੇ ਗੁਰੂ ਦਾ ਦੇਣਦਾਰ ਹੋਵਾਂਗਾ। ਕਈ ਵਾਰੀ ਬੰਦਾ ਸਮਝਦਾ ਨਾ ਜਿਉਂ ਜੀ ਸੰਗਤ ਉਹ ਜਿਹਾ ਬੋਲ ਦੇਣਾ, ਨਹੀਂ ਮੈਂ ਨਹੀਂ ਸਜਾਉਂਦਾ ਹੁੰਦਾ ਰਾਜਾ ਸਾਹਿਬ, ਬਿਲਕੁਲ ਨਹੀਂ। ਅਤੇ ਮੇਰੇ ਮਨ 'ਚ ਇਹ ਵੀ ਸੀ ਵੀ ਇਹ ਸਭ ਅਡੰਬਰ ਹੈ, ਸਭ ਝੂਠ ਹੈ। ਮੈਨੂੰ ਯਾਦ ਇਹ ਘਟਨਾ ਤਕਰੀਬਨ 93 ਕਿ 94 ਦੀ ਹੈ ਜੀ। ਮੈਂ ਦੂਖ ਨਿਵਾਰਨ ਸਾਹਿਬ ਕਥਾ ਕਰਕੇ ਹਟਿਆ ਲੁਧਿਆਣੇ, ਅਤੇ ਉਹਨਾਂ ਨਾਲ ਜਗ੍ਹਾ ਲਈ ਹੋਈ ਸੀ ਅਤੇ ਕਥਾ ਕਰਕੇ 7:30-8 ਮੈਂ ਘਰ ਆ ਰਿਹਾ ਸਾਂ ਅਤੇ ਗਲੀ 'ਚ ਜਿਹੜੇ ਘਰ ਉਹਨਾਂ ਲਏ ਸਨ ਉਹ ਢਾ ਰਹੇ ਸਨ। ਢਾਂਦਿਆਂ ਹੋਇਆਂ ਰਾਤ ਕਿਤੇ ਮਹਾਂਪੁਰਖਾਂ ਦੀ ਇੱਕ ਤਸਵੀਰ ਜਿਹੜੀ ਉਹ ਗਲੀ 'ਚ ਪਈ ਜਦੋਂ ਮੈਂ ਲੰਘਿਆ, ਅਤੇ ਉਹ ਤਸਵੀਰ ਤੁਹਾਨੂੰ ਸਭ ਨੂੰ ਪਤਾ ਪਿੱਛੇ ਲਾਲ ਕੱਪੜਾ ਹੈ, ਇਸ ਧਾਰਤ ਕਰਕੇ ਉਹ ਮੈਂ ਕੋਲੋਂ ਲੰਘ ਗਿਆ। ਮੇਰੇ ਮਨ 'ਚ ਫੁਰਨਾ ਬਣ ਗਿਆ, ਮੈਂ ਦੱਸ ਆ ਕੀ ਪ੍ਰਪੰਚ ਜਾ ਕੇ ਬਿਰਤੀ ਉਹੋ ਜਿਹੀ ਸੀ ਨਾ ਵਾਹਿਗੁਰੂ, ਉਹੋ ਜਿਹੀ ਬਿਰਤੀ ਨਾ ਕਦੀ ਦੇਈ। ਮਨ 'ਚ ਆਇਆ ਵੀ ਛੱਡ ਪਰਾਂ ਇਹ ਇਹ ਕੀ ਬਾਬੇ ਇਸ ਤਰ੍ਹਾਂ ਕਰਦੇ ਪਏ, ਪਤਾ ਨਹੀਂ ਭਾਗ ਚੰਗੇ ਸਨ। ਇੱਕ ਕਦਮ ਪੁੱਟ ਕੇ ਮੈਂ ਪੁੱਛਾਂ ਆ ਗਿਆ, ਮੈਂ ਚੱਲ ਤੂੰ ਮਹਾਂਪੁਰਖ ਨਾ ਮੰਨ, ਤੂੰ ਸੰਤ ਨਾ ਕਹਿ, ਤੂੰ ਸਾਧੂ ਨਾ ਕਹਿ, ਤੂੰ ਸਿੱਖ ਜਾਣ ਕੀ ਫੋਟੋ ਚੁੱਕ ਲੈ, ਗਲੀ 'ਚ ਫੋਟੋ ਰੁਲੇਗੀ, ਲੋਕ ਪੈਰ ਰੱਖਣਗੇ। ਮੈਂ ਸੱਚੀ ਮੁੱਚੀ ਫੋਟੋ ਝਾੜ ਕੇ ਘਰ ਲੈ ਗਿਆ ਅਤੇ ਸਿੰਘਣੀ ਨੂੰ ਮਜ਼ਾਕ 'ਚ ਮੈਂ ਕਿਹਾ ਲੈ ਵੀ ਆ ਮਹਾਂਪੁਰਖ ਆ ਗਏ ਨੀ ਘਰ, ਆਸ਼ੀਰਵਾਦ ਲੈ, ਪਿਛਲੇ ਅੰਦਰ 'ਚ ਫੋਟੋ ਰੱਖਦਾ। ਸੱਚ ਇਵੇ ਉਸ ਰਾਤ ਫਿਰ ਸੁਪਨ 'ਚ ਦਰਸ਼ਨ ਦਿੱਤੇ। ਮੈਂ ਇੱਕ ਬੇਨਤੀ ਕਰਾਂਗਾ, ਇਹ ਨਹੀਂ ਕਿ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਵਾਹਿਗੁਰੂ ਗੁਰੂ ਕਾ ਦੇਣਦਾਰ ਹੋਵਾਂਗਾ। ਸੁਪਨੇ ਦੀ ਸੰਗਤ ਬੰਦੇ ਨੂੰ ਪਲਟ ਕੇ ਰੱਖ ਜਾਂਦੀ ਹੈ, ਇਸ ਕਰਕੇ ਮੈਂ ਤਕਰੀਬਨ ਯਤਨ ਕਰਨਾ ਹੁੰਦਾ ਬਰਸੀ ਤੇ ਉੱਤੇ ਹਾਜ਼ਰੀ ਭਰੀ ਜਾਏ। ਅਤੇ ਮੇਰਾ ਖਿਆਲ ਮੈਂ ਜਿੱਥੇ ਵੀ ਜਾਵਾਂ ਜ਼ਰੂਰ ਇਹਨਾਂ ਦਿਨਾਂ 'ਚ ਹਾਜ਼ਰੀ ਭਰੀ ਜਾਂਦੀ। ਆਓ ਜਿਨ੍ਹਾਂ ਨੂੰ ਉਹਨਾਂ ਬਚਨ ਦਿੱਤੇ ਨੇ, ਮਲੇਰਕੋਟਲੇ ਨੇ ਦਸ਼ਮੇਸ਼ ਕੰਬਾਈਨ ਵਾਲੇ, ਸ਼ਾਇਦ ਤੁਸੀਂ ਜਾਣਦੇ ਹੋ ਕਿ ਸਰਦਾਰ ਅਮਰ ਸਿੰਘ ਹੋਣੀ ਟਰੱਸਟੀ ਨੇ, ਉਹ ਮੈਨੂੰ ਘਰ ਲੈ ਗਏ। ਉਹਨਾਂ ਮੈਨੂੰ ਆਪਣੀ ਸਾਰੀ ਕਹਾਣੀ ਦੱਸੀ, ਕਹਿੰਦੇ ਮੈਨੂੰ ਡਾਕਟਰ ਜਵਾਬ ਦੇ ਚੁੱਕੇ ਸਨ, ਨਾਲੇ ਬੈਰਾਗ ਛਾਇਆ। ਕਹਿੰਦੇ ਕੁਰਸੀ ਤੇ ਬੈਠਿਆ ਮੈਂ ਗਿਆ ਸਾਂ, ਦੋ ਵਾਰੀ ਸਿਰਫ ਕਿਹਾ, ਕਹਿਣ ਲੱਗੇ ਨਹੀਂ ਉੱਠ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ, ਡਾਕਟਰ ਤਾਂ ਬਹੁਤ ਕੁਛ ਕਹਿੰਦੇ ਆ। ਜਿਸ ਬੰਦੇ ਨੂੰ ਡਾਕਟਰ ਨੇ ਕਿਹਾ ਤੂੰ 1.5 ਸਾਲ 'ਚ ਖਤਮ ਹੋ ਜਾਣਾ, ਉਹ ਬੰਦਾ ਅੱਜ ਜਿਉਂਦਾ ਹੈ, ਜਿਹਦੇ ਨਾਲ ਵਾਪਰੀ ਉਹ ਸੁਣਾਉਂਦਾ, ਤੇ ਫਿਰ ਵੀ ਬੰਦਾ ਵਿਸ਼ਵਾਸ ਨਾ ਕਰੇ ਤੇ ਇਦੋਂ ਵੱਡੀ ਬਦਕਿਸਮਤੀ ਕੋਈ। ਮੇਰੀ ਬੇਨਤੀ, ਆਓ ਆਪ ਮਹਾਂਪੁਰਖਾਂ ਦੇ ਸੰਗੀ ਹੋ, ਆਤਮ ਅਭਿਆਸ 'ਚ ਆਪਾਂ ਦ੍ਰਿੜ ਰਹੀਏ, ਸਤਿਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਸਮਤ ਬਖਸ਼ੇ ਤਾਂ ਜੋ ਅਸੀਂ ਜੀਵਨ ਵਿੱਚ ਉਹਨਾਂ ਦੇ ਪਾਏ ਹੋਏ ਪੂਰਨਿਆਂ ਨੂੰ ਕਮਾ ਸਕੀਏ। ਆਪ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ, ਸਮੂਹ ਗੁਰਮੁਖ ਪਿਆਰਿਆਂ ਦਾ, ਤੁਸੀਂ ਬਹੁਤ ਸੋਹਣਾ ਉਪਰਾਲਾ ਕੀਤਾ। ਭਾਵੇਂ ਦਾਸ ਰਾੜਾ ਸਾਹਿਬ 3 ਹਾਜ਼ਰੀਆਂ ਭਰ ਕੇ ਆਇਆ ਸੀ, ਪਰ ਫਿਰ ਵੀ ਇੱਥੇ ਦੁਬਾਰਾ ਦਰਸ਼ਨ ਦੀਦਾਰੇ ਹੋ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ